ਜਿਹੜਾ ਕੱਲ ਦਾ ਟੋਕੇ ਲੱਗਾ ਹੋਇਆ ਇਹਦੇ ਤਾਂ ਟੋਕਾ ਨਹੀਂ ਖੁੱਲ੍ਹਾ। ਜਿਹੜਾ ਕਾਲੇ ਹੋਏ ਪਏ ਆ, ਵੈਸੇ ਹੀ ਕਾਲੇ ਹੋ ਗਏ ਆ। ਹਾਂਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ? ਵਨ ਐਂਡ ਓਨਲੀ ਗੁਰਦੀਪ ਕੌਰ ਮੰਡ, ਜਾਣੀ ਕਿ ਮੇਰੀ ਭੈਣ ਦੇ ਪਿੱਛੇ ਹਰਜੀਤ ਕੌਰ ਸਾਹਮਣੇ ਵੇਖ ਸਕਦੇ ਤੁਸੀਂ ਕੱਲ ਲੋ 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 ਓ ਆਪਣੀ ਮਸ਼ੀਨ ਦਾ ਕੰਮ ਚੱਲ ਚੁੱਕਾ। ਕੱਲ ਇਹਨੇ ਆਪਦੀ ਵਧੀਆ ਬਜਾਈ ਕੀਤੀ ਆ ਤੇ ਸਿਰਾ ਕਰਾਇਆ, ਹੱਥ ਅਜੇ ਵੀ ਜਿਹੜੇ ਨਾ ਕਾਲੇ ਹੋਏ ਪਏ ਆ, ਵੈਸੇ ਹੀ ਕਾਲੇ ਆ, ਕਾਲੇ ਦੇ ਨਾ ਹੋਰ ਕਾਲੇ ਹੋ ਗਏ ਆ। ਸੋ ਨੌਜਵਾਨ ਗੱਭਰੂ ਉੱਧਰ ਕਹਿੰਦੇ ਪੱਠੇ ਲਾਰ ਲਾ ਤੂੜੀ, ਹੁਣ ਉੱਧਰ ਸਟਾਉਣੀ ਆ, ਆਪਾਂ ਇੱਥੇ ਨਹੀਂ ਸਟਾਉਣੀ ਯਾਰ। ਉਹ ਚੱਕ ਆ ਚੱਕ ਲੱਗੇ ਪਏ ਨੌਜਵਾਨ, ਉਹ ਯਾਰ ਪੰਜਾ ਹੀ ਵਿੰਗਾ ਕਰ ਗਏ ਆ। ਹੋਏ ਨਹੀਂ, ਇੱਕ ਨੂੰ ਤੋੜ ਹੀ ਗਿਆ, ਮੂੰਹ ਹੀ ਮਰੋੜ ਗਏ ਉਹਦਾ, ਤੇ ਟੋਕਾ ਖੋਲਣਾ ਖੁੱਲਦਾ ਨਹੀਂ ਪਿਆ। ਗੁਰਦੀਪ ਤਿਆਰ ਯਾਰ, ਪਤਾ ਹੀ ਨਹੀਂ ਕਿਵੇਂ ਦੀ ਰੁੱਤ, ਕਦੇ ਧੁੱਪ ਕਦੇ ਧੁੰਦ, ਮੈਂ ਹੈਰਾਨ ਆ। ਫਰਵਰੀ ਦੇ ਵਿੱਚ ਧੁੰਦ ਪਈ ਜਾਂਦੀ, ਨਹੀਂ ਇੱਕ ਵਾਰ ਫਿਰ ਆਪਾਂ ਤਾਂ ਤੱਪੜ ਵੀ ਲਾਤੇ ਆ, ਤੇ ਆਪਾਂ ਤੱਪੜ ਵੀ ਲਾਤੇ ਆ। ਸੋ ਇਹਦੇ ਦੇ ਨਾਲ ਚੱਲਦੇ ਹੋਏ ਤੁਰੇ 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 ਜਾਂਦੇ ਟੋਕਾ ਖੋਲਦੇ, ਹਰਜੀਤ ਕੌਰ ਕਹਿੰਦੀ ਮੈਂ 50 ਟੋਕੇ ਖੋਲਦੇ, ਜਾਣੀ ਕਿ ਮੇਰੀ ਬੱਬੀ ਆ ਰਹੇ ਬੱਕਰੇ। ਹਾਂਜੀ ਲਓ ਬਈ, ਆ ਸਾਡਾ ਟੋਕਾ ਫਸਿਆ ਬੈਠਾ, ਖੋਲਿਆ ਹੋਇਆ ਅੰਕਲ ਚੱਕਰ, ਇਹ ਨਹੀਂ ਖੁੱਲਾ, ਕਿਹੜਾ ਆ ਜਿਹੜਾ ਚੱਕਰ, ਆ ਖੁੱਲ ਗਏ। ਚਲ ਹੁਣ ਇਹ ਵੀ ਅੰਕਲ ਮਾੜਾ ਜਿਹਾ ਤਜਰਬੇਕਾਰ ਆ, ਨੋਣੀ ਦਾ ਡੈਡੀ, ਤੇ ਹੁਣ ਆਪਾਂ ਵੇਖੇ ਖੋਲ ਦਾਂਗੇ। ਥਾੜੀ ਤੂੜੀ ਕਿਵੇਂ ਕਟਾਤੀ, ਰਾਤੇ ਸੀ ਪੀਤੀ, ਰਾਤੇ ਸੀ ਪੀਤੀ ਨਾ, ਹੁਣ ਲੱਸੀ ਪੀ ਕੇ ਅਸਰ ਲਾ ਦੇਣਾ। ਐ ਬੱਲੇ ਆ, ਵਾਹ ਜੀ ਵਾਹ, ਰਾਤ ਨੂੰ ਦਾਰੂ ਤੇ ਫਿਰਦੇ ਸੀ। ਬਾਬੇ ਤੂੰ ਕੀ ਕਹਿਣਾ, ਤੂੰ ਕੀ ਕਿੱਟ ਲੈ ਕੇ ਖੜਾ ਆ ਨਾ, ਫਿਰ ਐ ਕਰ। ਹਾਂ ਇਹ ਖੁੱਲਾ, ਆ ਖੁੱਲੇ ਆ, ਇਹ ਖੋਲ ਤੇ ਖੋਲ, ਇਹ ਚੱਕਣਾ ਪੈਣਾ, ਆ ਫੜ ਨਹੀਂ ਚੱਕੀਏ, ਚੱਲ ਚਲੋ ਚਲੋ ਵੇਨੇ ਆ, ਕਿੰਨਾ ਕੁ ਖੋਲ ਚੱਕ ਲੈਨੇ ਤੁਸੀਂ, ਚਲੋ ਟੋਕਾ ਹੀ ਖਿੱਚ ਲਿਆ ਸਾਰਾ, ਚੱਕਾ ਬਾਹਰ ਛੱਡਣਾ ਪੈਣਾ ਨਾ, ਫੇਰ ਟੋਕਾ ਖੁੱਲਣਾ ਨਾ ਜੀ, ਅਸੀਂ ਟੋਕਾ ਖੁੱਲਣਾ ਹੀ, ਇੱਥੇ ਮਿਸਤਰੀ ਆਉਣਾ ਪੈਣਾ, ਮਿਸਤਰੀ ਤੋਂ ਬਿਨਾਂ ਟੋਕਾ ਨੀ ਖੋਲਦਾ ਸਾਡਾ, ਕਿਵੇਂ ਟੋਕਾ ਨੀ ਖੋਲਦਾ ਗਾ, ਆਇਆ ਤੂੰ ਤੂੰ ਬੜੇ 50 ਟੋਕੇ ਖੋਲਿਆ, ਵੇਖ ਖੋਲ ਕੇ ਮੰਮੀ ਆਇਆ, ਹੁਣ ਲਾ ਗੁੱਗੂ ਕਹਿੰਦੀ ਮੈਂ ਤੁਹਾਨੂੰ ਟੋਕਾ ਖੋਲ ਕੇ ਦਿੰਦੀ ਆ, ਆਪ ਖੁਰਲੀ ਤਾਂ ਬੈਠੀ ਆ ਆਉਂਦੀ, ਮੈਂ ਤਾਂ ਦੱਸੀ ਨਹੀਂ ਜਾਨੀ ਕਰ ਲੋ, ਜਦੋਂ ਮੈਥੋਂ ਹੁਣ ਹੁੰਦਾ ਨਹੀਂ, ਉੱਥੋਂ ਆਉਂਦੀ ਨਾ 10 ਵਾਰੀ ਤੂੰ ਸਾਹ ਲਿਆ, ਗੱਲਾਂ ਤੂੰ ਐਡੀਆਂ ਸੁਣਾ ਛੱਡੀਆਂ ਸਾਨੂੰ, ਤੁਹਾਡਾ ਟੋਕਾ ਨਹੀਂ ਖੋਲਦਾ, ਆ ਨਹੀਂ ਹੁੰਦਾ, ਆ ਨਹੀਂ ਹੁੰਦਾ, ਨਹੀਂ ਖੋਲਦਾ ਤਾਂ ਤੇ ਹੁਣ ਤੂੰ ਖੋਲ, ਤੂੰ ਤਾਂ 50 ਟੋਕੇ ਖੋਲੇ ਆ ਦੇ ਟਾਈਮ ਦੇ, ਖੋਲ ਚੱਲ ਆਇਆ, ਮੈਂ ਖੋਲ ਵੀ ਜਾਣਾ ਹੁਣੇ ਵੇਖ ਲਈ, ਤਾਂ ਖੋਲ ਫਿਰ ਆਇਆ ਲੱਗ ਗਿਆ, ਖੋਲ ਗਿਆ ਤਾਂ ਫੇਰ ਚੱਲ ਫਿਰ ਖੋਲ ਦੇ, ਸਾਨੂੰ ਟੋਕਾ ਖੁੱਲੇ ਚਾਹੀਦਾ, ਮੈਂ ਐਂ ਕੀਤਾ ਸੀ, ਉਹ ਐ ਅੜ ਗਈ।
ਚਾਕੜਾ ਪੱਠੇ ਨੀ ਚੱਕੇ ਗਏ ਕਮਾਲ ਕਰੀ ਜਾਂਦੇ ਲੈ ਕੀ ਲਈਏ ਖੁੱਲ ਗਈ ਉਹ ਅੰਕਲ ਨੇ ਸਲਾਹ ਦਿੱਤੀ ਤੇ ਖੁੱਲਿਆ ਕਿੱਡਾ ਸੌਖਾ ਖੁੱਲਣਾ ਸੀ ਜਿਆ ਗੁੱਗੁ ਅੰਕਲ ਨੇ ਆਉਂਦੇ ਤੇ ਤੂੰ ਜੱਭੀ ਜਾਣਾ ਸੀ ਓ ਜਾ ਗੁੱਗੁ ਆਪਦੀਆਂ ਟਿੱਪਣੀਆਂ ਨਹੀਂ ਜੀ ਖੁੱਲ ਗਿਆ ਹੋਵੇ ਉਹ ਫੜ ਕੇ ਰੱਖਣੀ ਸੀ ਉਹ ਚੂੜੀਆਂ ਵਾਲਾ ਸੀ ਉਹਨੂੰ ਕੁੱਟੀ ਗਿਆ ਵਿਚਾਰੇ ਨੂੰ ਕੱਲ ਦਾ ਗੁੱਗੂ ਨੇ ਜ਼ਿਆਦਾ ਕਟਾਇਆ ਮੇਰੇ ਤੋਂ ਸੱਬਲ ਨਾ ਮੈਨੂੰ ਇੰਨਾ ਅੰਕਲ ਕਹਿੰਦਾ ਸੱਬਲ ਮਾਰੀ ਚੱਲ ਮੈਂ ਇਧਰੋਂ ਖਿੱਚਦਾ ਮਿਸਤਰੀ ਸੱਦਣਾ ਹੀ ਨੀ ਮੈਂ ਆਪਾਂ ਹੀ ਖੋਲ ਕੇ ਠੀਕ ਕਰ ਦੇਣਾ ਲੈ ਤੇ ਉਹ ਅੰਕਲ ਆਏ ਤੇ ਗੱਲ ਬਣੀ ਆ ਤੇ ਪਤਾ ਹੀ ਨੀ ਸੀਗਾ ਤੂੰ ਤਾਂ ਇਹ ਵਿਚਾਰੇ ਨੂੰ ਭਾਣੇ ਛੱਡਣਾ ਸੀਗਾ ਤੇ ਹੌਲੀ ਹੌਲੀ ਨਿਕਲੂਗਾ ਇੱਕੇ ਦਮ ਥੋੜੀ ਨਿਕਲ ਜੂਗਾ ਨਟ ਖਲਵਾ ਤੇ ਤੂੰ ਕਿੱਥੇ ਕੱਲੇ ਨੇ ਖੋਲ ਲੈਣੇ ਸੀਗੇ ਫੜਾ ਇਧਰ ਮੈਂ ਫੜਾ ਮੰਮੀ ਵੇਖ ਗੁੱਗੂ ਮੰਮੀ ਵੇਖ ਮੈਂ 50 ਟੋਕੇ ਖੋਲੇ ਮੈਂ ਸਾਰੀ ਉਮਰ ਟੋਕੇ ਹੀ ਖੋਲੇ ਆ ਖੋਲਿਓ ਭਈਆ ਕੱਲ ਦਾ ਹੀ ਖੋਲਿਆ ਬਹੁਤ ਆ ਗਿਆ ਬਹੁਤ ਆ ਗਿਆ ਆ ਫੜੀ ਮਾੜਿਆ ਫੋਨ ਮੈਂ ਫੜ ਕੇ ਰੱਖਦੀ ਆ ਮੰਨੀ ਮਨਦੀਪ ਭੈਣ ਭਾਣ ਲਿਖਿਆ ਭੈਣ ਨੀ ਲਿਖਿਆ ਇਹਨਾਂ ਨੇ ਮਨਦੀਪ ਭਾਣ ਲਓ ਜੀ ਤੁਸੀਂ ਦੇਖ ਸਕਦੇ ਹੋ ਜਿੰਨੀ ਕੁ ਅੰਕਲ ਨੇ ਹਿੰਮਤ ਕਰਾਈ ਓਨਾ ਕੁ ਟੋਕਾ ਖੁੱਲ ਗਿਆ ਹੁਣ ਗੁੱਗੂ ਜੀ ਆਦੀ ਨਾਕਾਮ ਕੋਸ਼ਿਸ਼ ਕਰਦੇ ਹੋ ਫੇਰ ਅੜਾਤਾ ਗੁੱਗੂ ਨੇ ਇੱਥੇ ਆਦਾ ਦਿਮਾਗ ਵਰਤ ਕੇ ਇਹਨੇ ਮੰਮੀ ਆਦਾ ਦਿਮਾਗ ਵਰਤ ਕੇ ਫੇਰ ਅੜਾਤਾ ਉੱਥੇ ਤੂੰ ਮੇਰਾ ਮੂੰਹ ਵੇਖ ਕੇ ਨੀ ਤੂੰ ਅੜਾਤਾ ਇਹਨੂੰ ਮੰਮੀ ਕੀ ਕਹਿਣਾ ਚਾਹੇਗੀ ਜਿੰਨਾ ਕੁ ਅੰਕਲ ਨੇ ਕੋਸ਼ਿਸ਼ ਕਰਾ ਕੇ ਕਢਾਇਆ ਲੈ ਹੁਣ ਫੇਰ ਉਹਨੂੰ ਕੁੱਟੀ ਜਾਂਦਾ ਵਿਚਾਰੇ ਨੂੰ ਕੋਸਾ ਉਹਨੇ ਹੋਰ ਚੀਜ਼ ਖੋਲਤੀ ਕੀ ਖੋਲਤਾ ਕੋਸਾ ਦੱਸੋ ਕੀ ਖੁੱਲ ਗਿਆ ਸੀ ਕੱਸੀ ਚੱਲ ਹੁਣ ਤੂੰ ਕਾਹਦੇ ਲਈ ਆਖਿਰ ਕਾਰ ਮੇਰੇ ਵਾਲਾ ਤਰੀਕਾ ਅਪਣਾਇਆ ਗਿਆ ਸੱਬਲ ਨਾਲ ਕੁੱਟਣ ਵਾਲਾ ਇਹਨੂੰ ਤੇ ਇਹ ਬਾਹਰ ਆ ਗਿਆ ਆ ਗਿਆ ਕਿੰਨਾ ਬਾਹਰ ਆ ਗਿਆ ਅੰਕਲ ਬਾਹਰ ਆ ਗਿਆ ਅੰਕਲ ਲਿਆਓ ਮੈਂ ਮਾਰਾ ਇਹਨੂੰ ਕੀ ਕਰਕੇ ਮੰਮੀ ਇੱਡਾ ਕੱਢੋ ਇੱਡਾ ਕਰ ਦੋ ਇਹ ਬੈਰਿੰਗ ਫਸੇ ਲੋਟ ਹੀ ਨਹੀਂ ਆਉਂਦੇ ਮੰਮੀ ਦੀ ਮਿਹਰਬਾਨੀ ਕਰਕੇ ਨੀ ਤੂੰ ਉਹ ਵੀ ਕਵਾੜੀਆਂ ਨੂੰ ਚੁਕਾਤਾ ਤੇ ਤੂੰ ਇਹ ਨਵਾਂ ਟੋਕਾ ਆਪਦੀ ਮਿਹਰਬਾਨੀ ਕਰਕੇ ਲੈ ਕੇ ਆਇਆ
ਤੂੰ ਇਕੱਠਾ ਮਕੈਨਿਕ ਬਣੇ, ਤੈਨੂੰ ਕਿੰਨੀ ਵਾਰ ਕਿਹਾ ਮਿਸਤਰੀ ਸੱਦ ਲਾ ਨਵਾਂ ਨਵਾਂ ਨਵੇਂ ਨਵੇਂ ਟੋਕੇ ਨੇ ਮੂਰਤ ਕਰਤਾ। ਦੇਖੋ ਜੀ ਆਪਾਂ ਇੱਥੇ ਨਾਲ ਖਾ ਕੇ ਲਿਆਂਦਾ ਗੁੱਗੂ ਨੇ, ਐਡੀ ਤੂੰ ਬਲਕਿ ਦੇਖੋ ਜੀ, ਦੇਖੋ ਜੀ ਬਲੰਕਰ ਨਾ ਬਣ ਤੂੰ ਲੱਥੇ ਗੁੱਗੂ, ਫਿਰ ਉੱਪਰ ਦਾ ਨਾ ਹੋ ਗਿਆ ਥੱਲੇ ਨੇ ਕੀ ਲਿਖਿਆ ਉਹਨਾਂ ਨੇ, ਜਿਨ੍ਹਾਂ ਨੇ ਬਣਾਇਆ ਹਿਮਾਚਲ ਲਵਾਰਾ। ਹਾਂ ਲੈ ਦੱਸ, ਹਿਮਾਚਲੋਂ ਜਾ ਕੇ ਲੈ ਗਏ ਹਿਮਾਚਲੋਂ ਲੈ ਕੇ ਆਂਦਾ ਵਿਚਾਰਿਆਂ ਨੇ, ਬਹੁਤ ਸੋਹਣਾ ਟੋਕਾ ਨਿੱਕਾ ਜਿਹਾ ਟੋਕਾ, ਗੁੱਗੂ ਦੇ ਮੂੰਹ ਵਰਗਾ ਨਿੱਕਾ ਜਿਹਾ ਟੋਕਾ। ਮੈਂ ਤਾਂ ਕਿਹਾ ਹੀ ਨੀ ਇਹ ਗੱਲ, ਮੈਂ ਤਾਂ ਇਹ ਗੱਲ ਕਹੀ ਨੀ, ਕਹੀ ਨੀ। ਅੱਛਾ ਤੂੜੀ ਵਾਲੇ ਆ ਗਏ, ਤੂੜੀ ਵਾਲੇ ਗੁੱਗੂ, ਤੂੜੀ ਵਾਲੇ ਵੀ ਆ ਗਏ। ਦੇਖ ਐਡ ਤੇ ਲਾਲਾ ਹੀ ਸੁੱਟਤੀਆਂ, ਉਹ ਵਿਚਾਰੀਆਂ ਆਵਾਜ਼ਾਂ ਮਾਰੀ ਜਾਂਦੀਆਂ, ਕਹਿੰਦੀਆਂ ਪਾ ਦੋ ਪਾ ਦੋ, ਕਹਿੰਦੀ ਆ ਜਾਓ ਆ ਜਾਓ। ਓ ਮਾਈ ਗੋਡ, ਆ ਰਹੇ ਹੈ ਬਿਊਟੀਸ, ਡੋਨਟ ਵਰੀ, ਮੇਰੇ ਟੋਕਾ ਰਹਿੰਦਾ ਪਰ ਇਹ ਆਪਣੇ ਜਾਲੇ ਡੰਗਰ ਵਾਲੀ ਕਾਮਯਾਬ ਨਹੀਂ ਕਰ। ਹਾਂ ਆਪਾਂ ਨੂੰ ਆਪਣਾ ਵਾਪਸ ਲਿਆਉਣਾ ਹੀ ਪੈਣਾ ਟੋਕਾ ਠੀਕ ਕਰਵਾ ਕੇ, ਤੇ ਇਹਨੂੰ ਆਪਾਂ ਵਾਪਸ ਇਹਨੂੰ ਰੱਖਾਂਗੇ ਵੈਸੇ, ਤੇ ਨਹੀਂ ਤਾਂ ਕਵਾਂਗੇ ਉਹਨਾਂ ਨੂੰ, ਕਵਾਂਗੇ ਵੀਰੇ ਸਾਨੂੰ ਕੋਈ ਵੱਡਾ ਟੋਕਾ ਬਣਾ ਦਿਓ ਜੀ ਤੁਹਾਨੂੰ। ਨਹੀਂ ਕਾਹਨੂੰ ਇੱਧਰ, ਮੈਂ ਕਿਹਾ ਤੂੰ ਆਟਾ, ਉਹ ਧੂਆਂ ਨਿਕਲ ਗਿਆ ਥੱਲੋਂ ਉਹਦਾ, ਵੇਖ ਮੋਟਰ ਦਾ, ਆਹ ਮੋਟਰ ਦਾ ਧੂਆਂ ਨਿਕਲੀ ਜਾਂਦਾ, ਲੈ ਲੈ ਮੋਟਰ ਦਾ ਤਾਰਾਂ ਦਾ ਕਢਾਤਾ ਧੂਆਂ, ਤਾਰਾਂ ਸੜ ਗਈਆਂ ਵੇਖ ਲੈ, ਆਹ ਵੇ ਤਾਰਾਂ ਸੜ ਗਈਆਂ ਸਾਰੀਆਂ, ਆਹ ਧੂਆਂ ਨਿਕਲੀ ਜਾਂਦਾ ਲੈ। ਆਹ ਗੁੱਗੂ ਦੇ ਕੰਮ ਆ, ਤੁਸੀਂ ਦੇਖ ਸਕਦੇ ਹੋ ਇਹ ਬੰਦਾ ਕੋਈ ਕੰਮ ਸਿੱਧਾ ਨਹੀਂ ਕਰ ਸਕਦਾ, ਵੇਖੋ ਵਿਚਾਰੇ ਟੋਕੇ ਦਾ ਕੀ ਹਾਲ ਬਣਾਦਾ, 5 ਮਿੰਟ ਬੰਦਾ ਤੇ ਪਤਾ ਹੀ ਹੈ ਟੋਕਾ ਛੋਟਾ ਵਾ, ਰੁੱਗ ਛੋਟਾ ਲਾ ਲਵੇ ਹਨਾ, ਐਡੀ ਕੀ ਆਖਰ ਆਈ ਸੀ
ਜਿੱਥੇ ਉਹ 5 ਮਿੰਟ ਲੇਟ ਸੀ ਉੱਥੇ 5 ਮਿੰਟ ਹੋਰ ਲੇਟ ਹੋ ਜਾਂਦੀਆਂ ਵਿਚਾਰੀਆਂ। 5 ਮਿੰਟ 5-5 ਘੰਟੇ ਲੇਟ ਆ। 5-5 ਘੰਟੇ ਜਿੱਥੇ ਲੇਟ ਸੀ ਹੋਰ ਲੇਟ ਹੋ ਜਾਂਦੀਆਂ ਕੰਮ ਸੇ ਕੰਮ। ਉੱਤਰੇ ਜਾਣੇ ਤੇ ਕੋਈ ਮਸਲਾ ਨਹੀਂ ਕਾ ਕੁੱਤੇ ਜਿਆਦਾ ਆਪ ਹੀ ਬੰਦ ਕੀਤਾ ਸੀ। ਅੱਛਾ ਠੀਕ ਹੈ। ਉੱਤਰੇ ਜਾਂਦਾ ਸੀ। ਪੌਂਜ ਜੋਗੇ ਹੋ ਗਏ ਫਿਰ ਪਾਓ। ਆਹੋ ਵੀ ਇੱਥੇ ਲਿਆਉਣੀ ਨੋਨੀ। ਮੈਂ ਵੀ ਕਿਹਾ ਵਾ ਇੱਥੇ ਸਟਾਇਓ ਤੂੜੀ ਉਧਰ ਨਹੀਂ ਉਹ ਵੇੜੇ ਚ ਕੁਛ ਨਹੀਂ ਉੱਠੇ ਨਹੀਂ ਨਾ ਵਿਆਹਾਂ ਤੇ ਜਾਣ ਨੂੰ ਤੇਜ਼ ਆ ਇੱਧਰ ਆਉਂਦਾ ਹੀ ਨਹੀਂ ਉਹ ਡੰਗਾ ਭਰਾਵਾ ਖਾ ਕੇ ਰਾਤ ਜਾ ਬੜਿਆ ਆਪਾਂ ਖੱਟੇ ਡਕਾਰ ਆ ਗਏ ਰਾਤ ਨੂੰ ਟੋਕੇ ਤੇ ਉਹਨਾਂ ਦੇ ਬੰਦ ਕੇ ਟੋਕੇ ਦੇ ਪੱਠੇ ਕੁਦਰਨ ਗਿਆ ਜਦੋਂ ਵੈਸੇ ਉਹਨੇ ਰਾਤ ਆਉਂਦੇ ਹੀ ਕਰਾਤਾ ਕੰਮ ਤੇ ਵੱਡੀਆਂ ਤੇ ਨਹੀਂ ਟਾਇਰ ਜੇ ਟਾਇਰ ਲਾ ਰਿਆ ਉਹ ਨਹੀਂ ਵੱਡੇ ਨਹੀਂ ਆਪਾਂ ਉਵੇਂ ਹੀ ਲੈ ਆਉਣਾ ਵੀਰੇ ਵਾਪਸ ਕਿੱਥੇ ਛੱਡ ਕੇ ਆਂਦਾ ਤੂੰ ਇਹ ਕੰਮ ਦਾ ਰਿਆ ਕਿਉਂ ਭਰਾਵਾ ਕੱਲ ਚਾਂਦਰੇ ਨਾਲ ਹੀ ਉਹ ਘਨੂਕੇ ਦੇ ਖਿੱਚਿਆ ਗਿਆ ਉਹਦਾ ਚੱਕਰ ਟੁੱਟ ਗਿਆ ਲਓ ਪੈ ਗਿਆ ਭੋਗ ਤੇ ਕੋਈ ਨਹੀਂ ਨਵਾਂ ਪੈ ਜੂ ਚੱਕਰ ਤਾਂ ਉਹ ਨਹੀਂ ਕਰਦੀ ਜਮਾ ਖਰਾਬ ਵਿੱਚ ਨਹੀਂ ਉਹ ਟੋਕਨ ਨਵਾਂ ਕਿੰਨੇ ਦਾ ਹੁੰਦਾ ਉਹ ਟੋਕਨ ਨਵਾਂ ਕਿੰਨੇ ਦਾ ਹੁੰਦਾ ਆਉਣਾ ਹੁਣ 10 12 ਹਜ਼ਾਰ ਦਾ ਸਮੈਲ ਲਾਈ ਜਾਂਦੀ ਵੇਖ ਕਿੰਨੀ ਜ਼ਿਆਦੀ ਆਵੇ ਤਾਰਾਂ ਦੀ ਬਾਈ ਹੋਰ ਲੱਗ ਗਿਆ ਇਹਦਾ ਕਾਮਯਾਬ ਨਹੀਂ ਰਿਹਾ ਇਹ ਤੁਹਾਡਾ ਗੁੱਗੂ ਬਹੁਤ ਗਲਤ ਰਿਹਾ ਇਹ ਇਹਦੀ ਆ ਪਲੇਟ ਜੀ ਲਵਾ ਕੇ ਆਪਾਂ ਨਵੇਂ ਟੋਕੇ ਨੂੰ ਲਵਾ ਲਾਂਗੇ ਉਹਨੂੰ ਕਿ ਆ ਪਲੇਟ ਇਕੱਲੀ ਲਾ ਦੇ ਹਨ ਲਓ ਵੀ ਇਸੇ ਦਿਨ ਇਹ ਵਲੌਗ ਹੁੰਦਾ ਖਤਮ ਤੁਹਾਨੂੰ ਪਤਾ ਹੀ ਹੈ ਇਹਨਾਂ ਤੋਂ ਕੋਈ ਕੰਮ ਕਰ ਸਿੱਧਾ ਹੁੰਦਾ ਨਹੀਂ ਇੱਕ ਟੋਕਾ ਲਿਆਂਦਾ 2 ਦਿਨ ਇਹਨਾਂ ਨੇ ਖੱਜਲ ਖਵਾਰ ਹੋ ਗਏ ਉਹ ਵੀ ਕਵਾ ਚੱਲਿਆ ਨਹੀਂ ਇਹਨਾਂ ਦਾ ਸਹੀ ਤਰ੍ਹਾਂ ਤੇ ਹੁਣ ਆਪਾਂ ਨੂੰ ਆਪ ਹੀ ਜਾ ਕੇ ਤੇ ਨਵਾਂ ਟੋਕਾ ਲਿਆਉਣਾ ਪੈਣਾ ਵਾ ਸਿਸਟਮ ਵੇਖਣਾ ਪੈਣਾ ਵਾ ਤੁਹਾਨੂੰ ਪਤਾ ਜਗਾੜੀ ਬੰਦੇ ਆਪਾਂ ਹੀ ਅਸੀਂ ਜਗਾੜੀ ਆ ਮਤੇ ਤੁਹਾਡੇ ਵਾਂਗੂ ਨੇ ਅਸੀਂ ਲੜਦੇ ਨਹੀਂ ਰਹੀਦਾ ਹਰੀ ਦਿਹਾੜੀ ਠੀਕ ਹੈ ਨਾ ਕੰਮ ਕਰਕੇ ਦੱਸੀਦਾ ਵੀ ਕਰਤਾ ਕਰਕੇ ਦਿਖਾਵਾਂਗੇ ਇਸੇ ਦੇ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਲੌਗ ਵੇਖਣ ਲਈ ਥੈਂਕ ਯੂ ਲਵ ਯੂ ਆਲ ਤੇ ਮਿਲਦੇ ਨੈਕਸਟ ਵਲੌਗ ਦੇ ਵਿੱਚ ਤੇ ਆਪਣੀ ਸਨੈਪਚੈਟ ਆਈ ਡੀ ਹੈਗੀ ਆ ਸੰਧੂ HUNA22 ਤੇ ਜੇ ਆਪਣੀ ਇੰਸਟਾਗ੍ਰਾਮ ਹੈਗੀ ਆ ਬਲਕਰਨ152 ਉੱਤੇ ਵੀ ਆਪਾਂ ਨਿੱਕੀਆਂ ਮੋਟੀਆਂ ਵੀਡੀਓ ਪਾ ਲੈਂਦੇ ਹਾਂ ਫਨੀ ਫੁਨੀ ਤੇ ਉਹ ਵੀ ਵੇਖ ਸਕਦੇ ਤੁਸੀਂ ਥੈਂਕ ਯੂ।